ਨਾਲ ਨਾ ਜਾਵੇ ਪਿੱਛੇ ਰੋ ਕਾਲੀ ਨਾ ਪਾਇਓ ਅੱਜ ਮੈਂ ਜਿਹੜੇ ਹੈ ਐਸ ਟੀ ਐਫ ਦੇ ਜਿਹੜੇ ਹੈ ਉਹਨਾਂ ਦੇ ਕੋਲ ਮੈਂ ਆਪਣੀ ਜਿਹੜੀ ਹੈ ਸਟੇਟਮੈਂਟ ਦਰਜ ਕਰਾਉਣ ਜਾ ਰਿਹਾ ਕਿਉਂਕਿ ਮੈਨੂੰ ਪਤਾ ਲੱਗਾ ਸੀ ਵੀ ਉਹਨਾਂ ਨੇ ਮੈਨੂੰ ਜਿਹੜਾ ਉਹ 67 ਦਾ ਨੋਟਿਸ ਜਿਹੜਾ ਭਿਜਵਾਇਆ ਅਤੇ ਮੈਂ ਸੱਚਾ ਸੁੱਚਾ ਆਦਮੀ ਹੈ ਔਰ ਲਗਭਗ ਮੇਰਾ ਇਹ ਹੈ ਵੀ ਮੈਂ 30 ਸਾਲ ਤੋਂ ਸੋਸ਼ਲ ਵਰਕਰ ਹੈ ਔਰ ਮੈਂ ਅੱਜ ਤੱਕ ਹਮੇਸ਼ਾ ਪੁਲਿਸ ਦੇ ਨਾਲ ਵੀ ਸਹਿਯੋਗ ਦਿੱਤਾ ਸਾਡੇ ਅੰਮ੍ਰਿਤਸਰ ਸੁਲਤਾਨਵਿੰਡ ਵੀ ਸਾਡੇ ਜਿੱਦਾਂ ਪਿੱਛੇ ਜੇ ਕਮੇਟੀਆਂ ਬਣਾਈਆਂ ਸੀ ਵੀ ਜਿਹੜੀ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਹਰ ਇਲਾਕੇ ਦੇ ਮੌਤਬਰ ਬੰਦੇ ਜਿਹੜੇ ਆ ਉਹ ਸਹਿਯੋਗ ਦੇਣ ਔਰ ਸਾਡੇ ਇੱਥੇ ਵੀ ਸੁਲਤਾਨਵਿੰਡ ਇਸ ਏਰੀਏ ਦੇ ਵਿੱਚ ਮੈਂ ਖੁਦ ਡੀ ਐੱਸ ਪੀ ਮਨਜੀਤ ਸਿੰਘ ਨੀਰਜ ਕੁਮਾਰ ਐੱਸ ਐੱਚ ਓ ਜਿਹੜੇ ਸੁਲਤਾਨਵਿੰਡ ਅਸੀਂ ਉਹਨਾਂ ਦੇ ਨਾਲ ਮਿਲ ਕੇ ਔਰ ਅਸੀਂ ਉੱਥੇ ਰੈਂਬੋ ਪੈਲਸ ਹੋਰ ਵੀ ਕਈ ਪੈਲਸਾਂ ਦੇ ਵਿੱਚ ਜਾ ਕੇ ਨਸ਼ੇ ਦੇ ਵਿਰੁੱਧ ਬਹੁਤ ਅਸੀਂ ਜਿਹੜਾ ਵਾ ਉਹ ਮਤਲਬ ਕਿ ਮੁਹਿੰਮ ਵਾਸਤੇ ਅਸੀਂ ਆਪਣਾ ਬੜਾ ਸਹਿਯੋਗ ਦਿੱਤਾ ਅਗਰ ਜੇ ਕੋਈ ਇਹੋ ਜਿਹੀ ਕੋਈ ਗੱਲ ਲੱਗਦੀ ਹੈ ਜਿੱਦਾਂ ਤੁਸੀਂ ਮੈਨੂੰ ਹੁਣੇ ਕੁਐਸਚਨ ਬੜਾ ਵਧੀਆ ਕੀਤਾ ਵੀ ਜਿਹੜਾ ਤੁਸੀਂ ਤੁਹਾਨੂੰ ਲੱਗ ਰਿਹਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਮੈਨੂੰ ਅਜੇ ਤੱਕ ਤਾਂ ਮੈਂ ਆਪਣੇ ਤੌਰ 'ਤੇ ਮੈਂ ਖੁਦ ਜਾ ਰਿਹਾ ਜੇ ਕੋਈ ਇਹੋ ਜਿਹੀ ਕੋਈ ਗੱਲ ਹੋਈ ਮੈਂ ਜ਼ਿੱਲਤ ਦੀ ਜਿਹੜੀ ਜ਼ਿੰਦਗੀ ਜੀਣ ਨਾਲੋਂ ਜੇ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਵੈਸੇ ਤਾਂ ਅਫਸਰ ਨਹੀਂ ਕਰਦੇ ਪਰ ਜੇ ਕੋਈ ਇਹੋ ਜਿਹਾ ਮੈਨੂੰ ਕੋਈ ਲੱਗਾ ਤਾਂ ਮੈਂ ਤਾਂ ਆਪਣੇ 'ਤੇ ਫਿਰ ਮੈਂ ਬੇਗੁਨਾਹੀ ਦਾ ਸਬੂਤ ਹੈ ਮੈਂ ਤਾਂ ਫਿਰ ਸੁਸਾਈਡ ਕਰਨ ਦਾ ਮੈਂ ਤਾਂ ਪਰਨ ਕਰ ਲਿਆ।